ਡਰੱਗ ਅਵੇਅਰਨੈਸ ਦੇ ਤੌਰ ਤੇ ਅਸੀਂ ਪਟਿਆਲਾ ਦੇ ਵਿੱਚ ਜਿਹੜੀ ਸਾਈਕਲ ਰੈਲੀ ਕਰਾਈ ਇਹ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ DGP ਪੰਜਾਬ ਜੀ ਦਾ ਸੰਦੇਸ਼ ਹੈ ਕਿ ਘਰ ਘਰ ਤੱਕ ਜਿਹੜੀ ਇਹ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ, ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰੱਗਸ ਨਾ ਲੈਣ। ਜੇ ਕੋਈ ਬੱਚੇ ਦੇ ਮਨ ਦੇ ਵਿੱਚ ਕੋਈ ਫਰਸਟ੍ਰੇਸ਼ਨ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖੁਰਾਕ ਦੇ ਕੇ ਖੇਡਾਂ ਵਾਲੇ ਪਾਸੇ ਜੋੜ ਕੇ ਉਹਦੀ ਜਿਹੜੀ ਹੈ ਫਰਸਟ੍ਰੇਸ਼ਨ ਜਿਹੜੀ ਦੂਰ ਹੋਵੇ। ਅਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਏਰੀਏ ਦੇ ਵਿੱਚ, ਪਿੰਡਾਂ 'ਚ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਇਰ ਕੋਈ ਬੰਦਾ ਹੈਗਾ ਹੈ, ਸਪਲਾਈ ਕਰਦਾ ਹੈ, ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣ, ਅਸੀਂ ਸਾਰਾ ਸੀਕਰੇਟ ਰੱਖਾਂਗੇ। ਅਤੇ ਜਿਹੜੀ ਅਵੇਅਰਨੈਸ ਹੈ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇੱਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੱਚਿਆਂ ਕੋਲ ਪਹੁੰਚੇਗੀ ਅਤੇ ਘਰ ਘਰ ਪਹੁੰਚੇਗੀ ਅਤੇ ਸਾਡਾ ਪੰਜਾਬ ਨੈਚੁਰਲੀ ਜਿਹੜਾ ਰੰਗਲਾ ਪੰਜਾਬ ਬਣਿਆ। ਦੇਖੋ ਜਿਹੜੇ 1-2% ਕੋਈ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਨਸ਼ਾ ਲੈਂਦਾ, ਸਰਕਾਰੀ ਤੌਰ 'ਤੇ ਉਹਨਾਂ ਦੇ ਕੈਂਪ ਲਾਏ ਜਾਂਦੇ ਨੇ, ਉਹਦੇ ਵਿਲ ਪਾਵਰ ਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਜਿਹੜੇ ਬੱਚੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਇਸ ਜਿਹੜੇ ਆ ਬਿਮਾਰੀ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਬਣ ਸਕਦੇ। ਡਰੱਗ ਅਵੇਅਰਨੈਸ ਦੇ ਤੌਰ 'ਤੇ ਅਸੀਂ ਪਟਿਆਲਾ ਦੇ ਵਿੱਚ ਜਿਹੜੀ ਸਾਈਕਲ ਰੈਲੀ ਕਰਾਈ ਇਹ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ DGP ਪੰਜਾਬ ਜੀ ਦਾ ਸੰਦੇਸ਼ ਹੈ ਕਿ ਘਰ ਘਰ ਤੱਕ ਜਿਹੜੀ ਇਹ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ, ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰੱਗਸ ਨਾ ਲੈਣ। ਜੇ ਕੋਈ ਬੱਚੇ ਦੇ ਮਨ ਦੇ ਵਿੱਚ ਕੋਈ ਫਰਸਟ੍ਰੇਸ਼ਨ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖੁਰਾਕ ਦੇ ਕੇ ਖੇਡਾਂ ਵਾਲੇ ਪਾਸੇ ਜੋੜ ਕੇ ਉਹਦੀ ਜਿਹੜੀ ਹੈ ਫਰਸਟ੍ਰੇਸ਼ਨ ਜਿਹੜੀ ਦੂਰ ਹੋਵੇ। ਅਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਏਰੀਏ ਦੇ ਵਿੱਚ, ਪਿੰਡਾਂ 'ਚ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਇਰ ਕੋਈ ਬੰਦਾ ਹੈਗਾ ਹੈ, ਸਪਲਾਈ ਕਰਦਾ ਹੈ, ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣ, ਅਸੀਂ ਸਾਰਾ ਸੀਕਰੇਟ ਰੱਖਾਂਗੇ। ਅਤੇ ਜਿਹੜੀ ਅਵੇਅਰਨੈਸ ਹੈ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇੱਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੱਚਿਆਂ ਕੋਲ ਪਹੁੰਚੇਗੀ ਅਤੇ ਘਰ ਘਰ ਪਹੁੰਚੇਗੀ ਅਤੇ ਸਾਡਾ ਪੰਜਾਬ ਨੈਚੁਰਲੀ ਜਿਹੜਾ ਰੰਗਲਾ ਪੰਜਾਬ ਬਣਿਆ। ਦੇਖੋ ਜਿਹੜੇ 1-2% ਕੋਈ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਨਸ਼ਾ ਲੈਂਦਾ, ਸਰਕਾਰੀ ਤੌਰ 'ਤੇ ਉਹਨਾਂ ਦੇ ਕੈਂਪ ਲਾਏ ਜਾਂਦੇ ਨੇ, ਉਹਦੇ ਵਿਲ ਪਾਵਰ ਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਜਿਹੜੇ ਬੱਚੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਇਸ ਜਿਹੜੇ ਆ ਬਿਮਾਰੀ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਬਣ ਸਕਦੇ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।